ਭਾਵ ਭਾਈ ਹਰਦੀਪ ਸਿੰਘ ਜੀ ਨਿੱਜਰ ਗੁਰੂ ਘਰ ਦੇ ਮੁੱਖ ਸੇਵਾਦਾਰ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਅਤੇ ਨਾ ਹੀ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਬਾਰੇ ਕੋਈ ਦੱਸਣ ਦੀ ਮੈਂ ਸਮਝਣਾ ਕਿ ਕੋਈ ਲੋੜ ਹੈ। ਕਹਿਵੇ ਕੋ ਸੋਭਾ ਨੇ ਦੇਖਾ ਹੀ ਪ੍ਰਵਾਨ। ਸੋ ਜੋ ਉਹਨਾਂ ਨੇ ਆਪਣੇ ਸਮੁੱਚੇ ਜੀਵਨ ਦੇ ਵਿੱਚ ਪੰਥ ਦੇ ਵਾਸਤੇ ਗੁਰੂ ਘਰ ਦੇ ਵਾਸਤੇ ਅਤੇ ਸਮੁੱਚੇ ਸਮਾਜ ਦੇ ਵਾਸਤੇ ਜੋ ਰਿਮਾਰਕੇਬਲ ਵਰਕ ਕੀਤੇ ਨੇ ਕਾਰਜ ਕੀਤੇ ਨੇ ਮੈਂ ਸਮਝਦਾ ਹਾਂ ਕਿ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਉਸਦੀ ਰਿਣੀ ਰਹੇਗੀ। ਸੋ ਬਹੁਤ ਹੀ ਸੰਖੇਪ ਜਿਹਾ ਪ੍ਰੋਗਰਾਮ ਹੈ। ਕੱਲ੍ਹ 8:30 ਵਜੇ ਦੇ ਕਰੀਬ ਉਹਨਾਂ ਦੀ ਇਸ ਜੋ ਸੀਨੀਅਰ ਸੈਂਟਰ ਵਾਲੇ ਗੇਟ ਦੇ ਸਾਹਮਣੇ ਜੋ ਸ਼ਹਾਦਤ ਹੋਈ ਹੈ, ਸ਼ਹਾਦਤ ਹੋਣ ਤੋਂ 5 ਮਿੰਟ ਪਹਿਲਾਂ ਅਸੀਂ ਇੱਥੋਂ ਇਕੱਠੇ ਰਵਾਨਾ ਹੋਏ ਹਾਂ। ਦਾਸ ਆਪਣੀ ਗੱਡੀ ਦੇ ਵਿੱਚ ਬੈਠਿਆ, ਉਹ ਆਪਣੀ ਗੱਡੀ 'ਚ ਪਹਿਲਾਂ ਬੈਠ ਕੇ ਚੱਲ ਗਏ ਆ ਅਤੇ ਨਾਲ ਹੀ ਮੋਹਰੇ ਘਾਤ ਲਾ ਕੇ ਬੈਠੇ ਹੋਏ ਜੋ ਭਾਰਤੀ ਖੁਫੀਆ ਏਜੰਸੀਆਂ ਦੇ ਜੋ ਕਰਿੰਦੇ ਸਨ, ਜੋ ਪਿਛਲੇ ਦਿਨਾਂ ਤੋਂ ਲਗਾਤਾਰ ਉਹਨਾਂ ਦੀ ਜੋ ਨਜ਼ਰਸਾਨੀ ਕਰ ਰਹੇ ਸਨ, ਉਹਨਾਂ ਨੇ ਆਪਣਾ ਕਾਰਾ ਕਰਕੇ ਸਾਡਾ ਭਰਾ ਤੇ ਸਿੱਖ ਕੌਮ ਦਾ ਹੀਰਾ ਉਹ ਸਾਡੇ ਕੋਲੋਂ ਸਦਾ ਵਾਸਤੇ ਖੋ ਲਿਆ। ਸੋ ਖਾਲਸਾ ਜੀ, 8 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ। ਉਸ ਤੋਂ ਉਪਰੰਤ ਆਪਾਂ ਸਾਰੀਆਂ ਹੀ ਸੰਗਤਾਂ ਨੇ ਗੁਰੂ ਘਰ ਦੇ ਮੇਨ ਹਾਲ ਦੇ ਵਿੱਚ ਉੱਥੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਨਿਮਿੱਤ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੇ ਵਾਸਤੇ ਜੁੜਨਾ ਹੈ। ਉਹਨਾਂ ਦੀ ਸ਼ਹਾਦਤ ਕਿਉਂ ਹੋਈ, ਬਹੁਤ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਇਹ ਸਾਰਾ ਜੋ ਵਾਕਿਆ ਪਤਾ ਹੈ ਕਿ ਉਹ ਕੀ ਹਾਲਾਤ ਬਣੇ, ਕਿਉਂਕਿ ਜੋ ਸਿੱਖ ਕੌਮ ਦੀ ਸੋਵਰੈਂਟੀ ਦਾ ਇਸ਼ੂ ਜਾਂ ਮਨੁੱਖੀ ਹੱਕਾਂ ਦੀ ਗੱਲ ਜਾਂ ਧੀਆਂ ਭੈਣਾਂ ਉੱਤੇ ਹੁੰਦੇ ਜਬਰ ਦੀ ਗੱਲ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਮੁੱਦਾ, ਇਹਨਾਂ ਸਾਰੇ ਜੋ ਕੀਤੇ ਜਾਂਦੇ ਭਾਰਤੀ ਸਰਕਾਰ ਵੱਲੋਂ ਜ਼ੁਲਮਾਂ ਦਾ ਜਿੱਥੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਉੱਥੇ ਨਾਲ ਦੀ ਨਾਲ ਇਸ ਤੋਂ ਉੱਪਰ ਉੱਠ ਕੇ ਇਸਦਾ ਹੱਲ ਕੀ ਹੋ ਸਕਦਾ ਹੈ। ਜੋ ਇਹਨਾਂ ਸਾਰੀਆਂ ਹੀ ਮੁਸੀਬਤਾਂ ਦਾ ਇੱਕੋ ਇੱਕ ਹੱਲ ਸਿੱਖ ਕੌਮ ਦਾ ਆਪਣਾ ਰਾਜ ਪਾਕ ਖਾਲਸਾ ਰਾਜ ਖਾਲਿਸਤਾਨ ਦੀ ਗੱਲ, ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਡਵੋਕੇਸੀ ਕੀਤੀ ਉਹ ਆਪ ਸੰਗਤਾਂ ਸਾਰੀਆਂ ਭਲੀ ਭਾਂਤ ਜਾਣਦੇ। ਜਿਹਨਾਂ ਜਿਹਨਾਂ ਸੂਰਮਿਆਂ ਦਾ ਉਹਨਾਂ ਨੇ ਸੰਗ ਮਾਣਿਆ ਉਹਨਾਂ ਦਾ ਉਹ ਹਮੇਸ਼ਾ ਆਪਣੀ ਤਕਰੀਰਾਂ ਦੇ ਵਿੱਚ ਉਹ ਵਰਣਨ ਕਰਦੇ ਰਹਿੰਦੇ ਸਨ। ਸੋ ਦਾਸਰਿਆਂ ਨੇ ਵੀ ਜਦੋਂ ਸੇਵਾ ਦੇ ਵਿੱਚ ਆਏ ਉਹਨਾਂ ਤੋਂ ਬਾਅਦ ਹੀ ਉਹਨਾਂ ਦੇ ਨਾਲ ਜਾਣਕਾਰੀ ਹੋਈ। ਪਹਿਲਾਂ ਉਹਨਾਂ ਦੇ ਨਾਲ ਕੋਈ ਇੰਨੀ ਜ਼ਿਆਦਾ ਜਾਣਕਾਰੀ ਵੀ ਨਹੀਂ ਸੀ, ਪਰ ਏਡੇ ਵੱਡੇ ਫਰਾਕ ਲੈਲ ਔਰ ਇਹੋ ਜਿਹੀ ਸ਼ਖਸੀਅਤ ਜਿਹਨਾਂ ਵੱਲ ਕੌਮ ਦੇ ਵਾਸਤੇ ਜੋ ਲੜ ਨਾਲ ਵੜ ਲਈ ਜੋ ਜਵਾਲਾ ਸੀ ਉਹਨਾਂ ਵੱਲ ਦੇਖ ਕੇ ਹੀ ਪਤਾ ਲੱਗਦਾ ਸੀ ਵੀ ਕੌਮ ਦਾ ਦਰਦ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਸਮੋਇਆ ਔਰ ਕਿਸ ਤਰ੍ਹਾਂ ਜੋ ਪੂਰੇ 24 ਘੰਟਿਆਂ ਦੇ ਵਿੱਚੋਂ 20-20 ਘੰਟੇ ਉਹਨਾਂ ਨੇ ਪੂਰੇ ਡੈਡੀਕੇਟ ਕੀਤੇ ਹੋਏ ਸੀ ਕੌਮ ਦੇ ਵਾਸਤੇ। ਸੋ ਖਾਲਸਾ ਜੀ, ਉਹਨਾਂ ਦੀ ਜੋ ਸ਼ਹਾਦਤ ਹੋਈ ਹੈ ਇਸ ਦੇ ਉੱਤੇ ਕਿਉਂਕਿ ਹਾਲੇ ਇਨਵੈਸਟੀਗੇਸ਼ਨ ਔਨ ਗੋਇੰਗ ਹੈ ਔਰ ਇਸ ਦੇ ਵਿੱਚ ਕੋਈ ਦੂਜੀ ਰਾਏ ਨਹੀਂ, ਇਹ ਜੋ ਕਾਰਾ ਹੈ ਇਹ ਭਾਰਤੀ ਖੁਫੀਆ ਤੰਤਰ ਜੋ ਪਿਛਲੇ ਸਾਲਾਂ ਤੋਂ ਲਗਾਤਾਰ ਕਦੇ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਕਦੇ ਕਿਸੇ ਤਰੀਕੇ ਦੇ ਨਾਲ ਕਦੇ 10 ਲੱਖ ਨਾਮ ਰੱਖ ਕੇ ਕਦੇ 15 ਲੱਖ ਨਾਮ ਰੱਖ
ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕਦੇ ਉਹਨਾਂ ਦੀ ਜ਼ਮੀਨ ਕੁੱਟ ਕਰਕੇ ਕਿ ਉਹ ਇਸ ਆਪਣੇ ਰਸਤੇ ਤੋਂ ਦੂਸਰੇ ਰਸਤੇ 'ਤੇ ਚੱਲ ਜਾਵੇ। ਪਰ ਉਹਨਾਂ ਨੇ ਜੋ ਅੱਜ ਦੇ ਜ਼ਮਾਨੇ ਦਾ ਸੰਘਰਸ਼ ਹੈ, ਖਾਲਿਸਤਾਨ ਰੈਫਰੈਂਡਮ ਦਾ ਸੰਘਰਸ਼ ਹੈ, ਜੋ ਪੀਸਫੁਲ ਤਰੀਕੇ ਦੇ ਨਾਲ UNO ਦੇ ਚਾਰਟਰ ਬੰਦ ਦੇ ਤਹਿਤ ਲੜਿਆ ਜਾ ਰਿਹਾ ਹੈ, ਉਸ ਦੇ ਤਹਿਤ ਜੋ ਉਹਨਾਂ ਨੇ ਤਹੱਈਆ ਕੀਤਾ ਔਰ ਉਹਦੀ ਐਡਵੋਕੇਸੀ, ਬੇਸ਼ੱਕ ਉਹਨਾਂ ਦੇ ਏਅਰ ਟਰੈਵਲ ਬੈਨ ਲੱਗਾ ਹੋਣ ਦੇ ਬਾਵਜੂਦ ਵੀ ਟੋਰਾਂਟੋ ਮੋਂਟਰੀਅਲ ਤੱਕ ਬਾਈ ਰੋਡ ਜਾ ਕੇ ਉਹਨਾਂ ਨੇ ਕੌਮ ਦੀ ਐਡਵੋਕੇਸੀ ਕੀਤੀ ਅਤੇ ਕੌਮ ਨੂੰ ਜਗਾਉਣ ਦਾ ਉਹਨਾਂ ਨੇ ਇੱਕ ਹੋਕਾ ਦਿੱਤਾ ਕਿ ਮੇਰੀ ਕੌਮ ਨੂੰ ਜਾਗਣ ਦੀ ਲੋੜ ਹੈ, ਇਕੱਤਰ ਹੋਣ ਦੀ ਲੋੜ ਹੈ। ਸੋ ਖਾਲਸਾ ਜੀ, ਅੱਜ ਅਸੀਂ ਦੋ ਚਾਰ ਬੇਨਤੀਆਂ ਜੋ ਕਰਨੀਆਂ ਨੇ ਉਹਨਾਂ ਦੇ ਵਿੱਚ ਸਾਡੀ ਇੱਕ ਦੋ ਡਿਮਾਂਡਸ ਨੇ ਜੋ ਮਾਣਯੋਗ MP ਸਾਹਿਬਾਨ ਵੀ ਪਹੁੰਚ ਚੁੱਕੇ ਨੇ, ਕਿਉਂਕਿ ਇਹ ਜੋ ਨਿਊਟਨ ਦਾ ਹਲਕਾ ਹੈ ਉਹਨਾਂ ਦੇ ਮਾਣਯੋਗ MP ਭਾਈ ਸੁਖ ਧਾਲੀਵਾਲ ਸਾਹਿਬ ਜੀ ਪਹੁੰਚੇ ਨੇ। ਸੋ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਸੋ ਖਾਲਸਾ ਜੀ, ਜੋ ਇਹ ਜੋ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ ਔਰ ਪਿਛਲੇ ਦਿਨਾਂ ਤੋਂ ਲਗਾਤਾਰ ਉਹ ਆਪਣੀਆਂ ਤਕਰੀਰਾਂ ਵਿੱਚ ਵੀ ਦੱਸ ਰਹੇ ਸਨ ਕਿ ਮੇਰੇ 'ਤੇ ਹਮਲਾ ਹੋਣ ਜਾ ਰਿਹਾ ਹੈ, ਔਰ ਇੱਥੇ ਇੰਨਾ ਸਭ ਕੁਛ ਕਲੀਅਰ ਹੋਣ ਦੇ ਬਾਵਜੂਦ ਵੀ ਤੂੰ ਬਹੁੜੀ ਗੱਲ ਗਿਆ ਵਾਲਿਆ, ਕੋਈ ਦੇਸ਼ ਨਾ ਸਾਡਾ ਸੁਪਨਾ ਪੂਰੀ ਆਨੰਦ ਦਾ ਦਿਸੇ ਦੂਰ ਦਰਾਡਾ, ਉਹਦੇ ਮਹਾਂਵਾਕਾਂ ਅਨੁਸਾਰ ਸਿੱਖ ਭਾਵੇਂ ਕੈਨੇਡਾ ਦੇ ਵਿੱਚ ਪਹੁੰਚ ਗਏ ਨੇ ਪਰ ਉਸ ਗੁਲਾਮੀ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ। ਭਾਵੇਂ ਦੁਨੀਆਂ ਦੇ ਵਿੱਚ ਹਿਊਮਨ ਰਾਈਟ ਦਾ ਅਲੰਬਰਦਾਰ ਦੇਸ਼ ਕਹਾਉਣ ਵਾਲਾ ਦੇਸ਼ ਹੈ, ਪਰ ਇੱਥੇ ਵੀ ਸਿੱਖਾਂ ਦੇ ਨਾਲ ਜੋ ਭਾਰਤ ਦੇਸ਼ ਦੀ ਜੋ ਦਖਲ ਅੰਦਾਜ਼ੀ ਹੈ ਉਹ ਜੱਗ ਜ਼ਾਹਰ ਹੋ ਗਈ ਹੈ, ਜਿਸ ਨੂੰ ਅਸੀਂ ਭਾਵੇਂ ਪਿਛਲੇ 10 ਸਾਲਾਂ ਤੋਂ 20 ਸਾਲਾਂ ਤੋਂ ਇਸ ਚੀਜ਼ ਨੂੰ ਅਸੀਂ ਪੈਟ ਪੈਟ ਕੇ ਕਹਿ ਰਹੇ ਹਾਂ ਕਿ ਭਾਰਤੀ ਖੁਫੀਆ ਤੰਤਰ ਦੀ ਦਖਲ ਅੰਦਾਜ਼ੀ ਕੈਨੇਡਾ ਦੇ ਦੇਸ਼ ਦੇ ਵਿੱਚ ਹੱਦੋਂ ਵੱਧ ਗਈ ਆ, ਪਰ ਕੋਈ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਪਰ ਪਿਛਲੇ ਦਿਨਾਂ ਦੇ ਵਿੱਚ ਜੋ ਮਿਨਿਸਟਰੀ ਹੈ, ਜੋ ਵਿਸ਼ੇਸ਼ ਤੌਰ ਦੇ ਉੱਤੇ ਪਬਲਿਕ ਸੇਫਟੀ ਜੋ ਮਿਨਿਸਟਰੀ ਹੈ, ਉਹਨਾਂ ਨੇ ਬਕਾਇਦਾ ਤੌਰ 'ਤੇ ਡਿਕਲੇਅਰ ਕੀਤਾ ਹੈ, ਉਹਨਾਂ ਨੇ ਇਹ ਮੰਨਿਆ ਹੈ ਕਿ ਭਾਰਤੀ ਖੁਫੀਆ ਤੰਤਰ ਦੀ ਦਖਲ ਅੰਦਾਜ਼ੀ ਇੰਨੀ ਵੱਧ ਚੁੱਕੀ ਹੈ ਕਿ ਉਸ ਨੂੰ ਬਿਲਕੁਲ ਹੱਦੋਂ ਵੱਧ ਇੰਨੀ ਵੱਧ ਗਈ ਹੈ ਕਿ ਉਹਦੇ ਵਿੱਚ ਕਿਸੇ ਵੀ ਸਿੱਖ ਦੇ ਉੱਤੇ ਹਮਲਾ ਕਰਨ ਦੇ ਵਾਸਤੇ ਉਹ ਹਰ ਯਤਨ ਕਰ ਰਹੇ ਨੇ। ਫਿਰ ਵੀ ਉਹਨਾਂ ਦੇ ਮੰਨਣ ਦੇ ਬਾਵਜੂਦ ਵੀ ਭਾਈ ਹਰਦੀਪ ਸਿੰਘ ਨੂੰ ਕੋਈ ਸੁਰੱਖਿਆ ਨਹੀਂ ਮਿਲ ਸਕੀ, ਜਿਸ ਦੇ ਤਹਿਤ ਉਹਨਾਂ ਦੀ ਜੋ ਕੱਲ੍ਹ ਸ਼ਹਾਦਤ ਹੋਈ ਹੈ। ਇਸ ਕਰਕੇ ਅਸੀਂ ਇੱਥੇ ਗੱਲ ਰੱਖਣੀ ਚਾਹੁੰਦੇ ਹਾਂ, ਸਾਰੇ ਅਸੀਂ ਸੰਗਤਾਂ ਤੋਂ ਇਸ ਗੱਲ ਦੀ ਸਹਿਮਤੀ ਵੀ ਲੈਣਾ ਚਾਹੁੰਦੇ ਹਾਂ ਕਿ ਇਹ ਜੋ ਭਾਰਤੀ ਏਜੰਸੀਆਂ ਵੱਲੋਂ ਕੈਨੇਡਾ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਹੈ, ਇਸ ਨੂੰ ਇੱਕ ਅੱਤਵਾਦੀ ਹਮਲਾ ਜੋ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਹੈ, ਉਸ ਨੂੰ ਇੱਕ ਕੈਨੇਡੀਅਨ ਸਿੱਖਾਂ ਦੇ ਉੱਤੇ ਭਾਰਤੀ ਏਜੰਸੀਆਂ ਵੱਲੋਂ ਅਸੀਂ ਹਮਲਾ ਕਰਾਰ ਦਿੰਦੇ ਹਾਂ। ਜੇ ਤੁਸੀਂ ਸਾਰੀਆਂ ਸੰਗਤਾਂ ਸਾਡੇ ਇਸ ਫੈਸਲੇ ਦੇ ਨਾਲ ਸਹਿਮਤ ਹੋ, ਜਿਸ ਨੂੰ ਕਿ ਪਬਲਿਕ ਜੋ ਸੇਫਟੀ ਮਿਨਿਸਟਰੀ ਨੇ ਵੀ ਇਹ ਮੰਨਿਆ ਹੈ, ਜੇ ਤੁਸੀਂ ਉਹਦੇ ਨਾਲ ਸਹਿਮਤ ਹੁੰਦੇ ਹੋ, ਤੁਸੀਂ ਸਾਰਿਆਂ ਨੇ ਹੱਥ ਖੜੇ ਕਰਕੇ ਇਹ ਕਹਿਣਾ ਹੈ ਕਿ ਇਹ ਸਾਰਾ ਕੁਛ ਜੋ ਭਾਰਤੀ ਖੁਫੀਆ ਏਜੰਸੀ ਦਾ ਸਿੱਖਾਂ ਦੇ ਉੱਤੇ ਇੱਕ ਵੱਡਾ ਹਮਲਾ ਹੋਇਆ ਹੈ। ਭਾਈ ਹਰਦੀਪ ਸਿੰਘ, ਇਸ ਮਤੇ ਦੇ ਉੱਤੇ ਪ੍ਰਵਾਨਗੀ ਦਿੱਤੀ ਹੈ, ਇਹ ਜੋ ਭਾਰਤੀ ਖੁਫੀਆ ਤੰਤਰ ਹੈ ਉਸ ਵੱਲੋਂ ਇਹ ਜੋ ਵੱਡਾ ਇੱਕ ਹਮਲਾ ਸਿੱਖ ਕੈਨੇਡੀਅਨ ਸਿੱਖਾਂ ਦੇ ਉੱਤੇ ਕੀਤਾ ਗਿਆ ਹੈ। ਸੋ ਇੱਥੇ ਅਸੀਂ ਜੋ ਇੱਥੇ ਦੀ ਫੈਡਰਲ ਗੌਰਮੈਂਟ ਹੈ
ਉਹਨਾਂ ਦੇ ਕੋਲੋਂ ਪ੍ਰਸ਼ਾਦੀ ਡਿਮਾਂਡਸ ਨੇ ਉਹ ਅਸੀਂ ਰੱਖਣੀਆਂ ਚਾਹੁੰਦੇ ਹਾਂ। ਉਹਨਾਂ ਦੇ ਵਿੱਚ ਸਭ ਤੋਂ ਜੋ ਪਹਿਲੀ ਸਾਡੀ ਡਿਮਾਂਡ ਹੈ ਉਹ ਅਸੀਂ ਚਾਹੁੰਦੇ ਹਾਂ ਕਿ ਫੈਡਰਲ ਗੌਰਮੈਂਟ ਆ ਇਸ ਦੀ ਜੋ ਸਪੈਸ਼ਲ ਜੋ ਪਬਲਿਕ ਇਨਕੁਆਇਰੀ ਹੈ ਉਹ ਕਰਵਾਈ ਜਾਵੇ ਔਰ ਇਸ ਦੇ ਨਾਲ ਨਾਲ ਜੋ ਦੂਸਰੀ ਡਿਮਾਂਡ ਹੈ ਜੋ ਭਾਰਤੀ ਖੁਫੀਆ ਤੰਤਰ ਦੀ ਜੋ ਦਖਲ ਅੰਦਾਜ਼ੀ ਹੈ ਉਸਦਾ ਜੋ ਚਿਹਰਾ ਕੈਨੇਡੀਅਨ ਗੌਰਮੈਂਟ ਨੇ ਆਪ ਨੰਗਾ ਕੀਤਾ ਹੈ ਇਹ ਸਾਰੀ ਗੱਲਬਾਤ ਨੂੰ ਜੋ ਇੱਥੇ ਦਾ ਸਿਸਟਮ ਇਹ ਗੱਲ ਮੰਨੇ ਇਹ ਜਗ ਜਾਹਰ ਕਰੇ ਕਿ ਇਹ ਭਾਰਤੀ ਖੁਫੀਆ ਤੰਤਰ ਦੀ ਜੋ ਦਖਲ ਅੰਦਾਜ਼ੀ ਹੈ ਇਹ ਸਿੱਖਾਂ ਦਾ ਬਹੁਤ ਇੱਥੇ ਵੀ ਪਿੱਛਾ ਕਰ ਰਹੀ ਹੈ ਔਰ ਸਿੱਖਾਂ ਨੂੰ ਨੇਸ ਤੋਂ ਨਬੂਦ ਕਰਨ ਦੇ ਉੱਤੇ ਤੁਲੀ ਹੋਈ ਹੈ ਔਰ ਸਾਡੇ ਮਾਨਯੋਗ ਐਮ ਪੀ ਸਾਹਿਬਾਨ ਇੱਥੇ ਬੈਠੇ ਨੇ ਜਿਹੜੇ ਕਿ ਸਾਡੇ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਦੇ ਕੋਲੋਂ ਅਸੀਂ ਇਹ ਦਰਖਾਸਤ ਕਰਦੇ ਹਾਂ ਔਰ ਨਾਲ ਦੀ ਨਾਲ ਇੱਕ ਹਫ਼ਤੇ ਦਾ ਜੋ ਸਿੰਘਾਂ ਨੇ ਵਿਚਾਰ ਬਣਾਇਆ ਹੈ ਕਿ ਇੱਕ ਹਫ਼ਤੇ ਦਾ ਜੋ ਸਮਾਂ ਇਹਨਾਂ ਦੇ ਵਾਸਤੇ ਰਹੇਗਾ ਕਿਉਂਕਿ ਸਾਡੀ ਆਵਾਜ਼ ਬੁਲੰਦ ਕਰਨ ਦੇ ਵਾਸਤੇ ਆਪਾਂ ਇਹਨਾਂ ਨੂੰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਔਰ ਸਾਰੇ ਸੰਗਤਾਂ ਇਸ ਚੀਜ਼ ਤੋਂ ਜਾਣਕਾਰ ਨੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਸਾਰਿਆਂ ਨੇ ਯਤਨ ਕੀਤੇ ਕਿ ਸਾਡਾ ਕੋਈ ਨੁਮਾਇੰਦਾ ਉਸ ਪਾਰਲੀਮੈਂਟ ਦੇ ਵਿੱਚ ਹੋਵੇ ਸਾਡੀ ਉਹ ਗੱਲ ਕਰੇ। ਬੇਸ਼ੱਕ ਰਣਜੀਤ ਸਰਾਏ ਜੀ ਨਹੀਂ ਆ ਸਕੇ ਅਸੀਂ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ ਉਹਨਾਂ ਦੀ ਮਰਜ਼ੀ ਹੈ। ਸੋ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਨੂੰ ਇਸਦਾ ਇਹ ਜੋ ਸਾਡੀ ਰੀਪ੍ਰਜੈਂਟੇਸ਼ਨ ਹੈ ਸਾਡਾ ਜੋ ਅਸਲੀ ਰੀਪ੍ਰਜੈਂਟ ਹੈ ਇਹ ਉੱਥੇ ਭਾਰਤੀ ਜੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹ ਰੱਖਣ। ਸੋ ਇੱਕ ਹਫ਼ਤੇ ਦੇ ਵਿੱਚ ਅਸੀਂ ਬਹੁਤ ਇਹਨਾਂ ਤੋਂ ਆਸਮੰਦ ਵੀ ਹਾਂ ਕਿ ਜ਼ਰੂਰ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਜੋ ਮਤਾ ਹੈ ਇਹ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਰੱਖਣ। ਅਗਰ ਇਹ ਸਾਰਾ ਕੁਛ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੁੰਦਾ ਫਿਰ ਅਗਲੇ ਜੋ ਹਾਲਾਤ ਹੋਣਗੇ ਉਹ ਸੰਗਤ ਆਪ ਵਿਚਾਰੇਗੀ ਕਿਉਂਕਿ ਗੁਰੂ ਕੀ ਸੰਗਤ ਦਾ ਫੈਸਲਾ ਅਸੀਂ ਸਿਰਫ ਗੁਰੂ ਕੇ ਕੂਕਰ ਜੋ ਗੁਰੂ ਕਿਆ ਸੰਗਤਾਂ ਦਾ ਹੁਕਮ ਹੈ ਉਹ ਆਪ ਨੂੰ ਸੁਣਾਉਣ ਵਾਸਤੇ ਬੈਠੇ। ਜੋ ਸੰਗਤਾਂ ਦਾ ਸੰਗਤੀ ਫੈਸਲਾ ਹੋਵੇਗਾ ਉਹ ਫਿਰ ਅਗਲਾ ਫੈਸਲਾ ਦੱਸਿਆ ਜਾਵੇਗਾ। ਸੋ ਇਹ ਸਾਡੀਆਂ ਕੁਝ ਕੁ ਬੇਨਤੀਆਂ ਸਨ। ਸੋ ਹੁਣ ਦੋ ਚਾਰ ਬੁਲਾਰਿਆਂ ਨੇ ਜੋ ਇਸ ਵਿਸ਼ੇਸ਼ ਸਮੇਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨੇ ਨੇ। ਸਭ ਤੋਂ ਪਹਿਲਾਂ ਅਸੀਂ ਬੇਨਤੀ ਕਰਾਂਗੇ ਕੌਮ ਦੇ ਮਹਾਨ ਫਿਲੋਸਫਰ ਭਾਈ ਪ੍ਰਭਸ਼ਨ ਵੀਰ ਸਿੰਘ ਜੀ ਉਹ ਆਣ ਕਰਕੇ ਪੰਜ ਸੱਤ ਮਿੰਟ ਵਾਸਤੇ ਇਹ ਜੋ ਅੱਜ ਦਾ ਜੋ ਸਮਾਂ ਬਣਿਆ ਹੈ ਅਸੀਂ ਆਪਣਾ ਭਰਾ ਖੋਇਆ ਹੈ ਕੌਮ ਦਾ ਹੀਰਾ ਖੋਇਆ ਹੈ ਉਸ ਵੀਰ ਨੇ ਜੋ ਘਾਲਣਾ ਘਾਲੀ ਹੈ ਕੌਮ ਦੇ ਵਾਸਤੇ ਆਪਣੇ ਗਾੜੇ ਪਸੀਨੇ ਦੀ ਜੋ ਕਮਾਈ ਇਸ ਕੌਮ ਨੂੰ ਦਿੱਤੀ ਹੈ ਉਸ ਦਾ ਅਸੀਂ ਰਿਣ ਚੁਕਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਇੱਥੇ ਦਾਸ ਭਾਈ ਹਰਦੀਪ ਸਿੰਘ ਦੇ ਅਮਰ ਰਹੇ ਆਪ ਜੀ ਨੇ ਬੋਲਣਾ ਹੈ। ਦਾਸ ਬੋਲੇਗਾ ਭਾਈ ਹਰਦੀਪ ਸਿੰਘ। ਭਾਈ ਹਰਦੀਪ ਸਿੰਘ ਨਿੱਜਰ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ। ਜੋ ਕਾਰਜ ਭਾਈ ਹਰਦੀਪ ਸਿੰਘ ਨਿੱਜਰ ਜੀ ਨੇ ਸਿੱਖ ਕੌਮ ਦੇ ਵਿੱਚ ਕੀਤੇ ਸੀ ਇੱਥੇ ਸਾਰੇ ਨੌਜਵਾਨ ਅੱਜ ਇਸ ਗੱਲ ਦੇ ਪ੍ਰਣ ਵੀ ਲੈ ਰਹੇ ਨੇ
ਕਿ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ ਠੋਕ ਕੇ। ਉਹ ਖਾਲੀ ਕਹਿਣ ਦੀ ਗੱਲ ਨਹੀਂ ਹੈ, ਐਵੇਂ ਭਰਨਾ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਮਾਰ ਮਾਰ ਕੇ ਵੀ ਜਿਹੜੀ ਮੁੱਕਦੀ ਨਹੀਂ, ਏਡੀ ਲੰਮੀ ਹੈ ਸਾਡੀ ਕਤਾਰ ਲੋਕੋ, ਪੰਜਾਂ ਨਦੀਆਂ ਦੀ ਧਰਤ ਪੰਜਾਬ ਦੀ ਏ, ਜਿਹੜੀ ਮੌਤ ਦੀ ਹੈਕ ਤੇ ਵਸਦੀ ਏ, ਇੱਕ ਮਾਂ ਪੰਜਾਬਣ ਜੋ ਕੌਮ ਬਦਲੇ ਆਪਣੇ ਪੁੱਤ ਮਰਵਾ ਕੇ ਹੱਸਦੀ ਏ, ਉਸ ਪੁੱਤਰਾਂ ਦੇ ਦਾਨੀ ਜਿਹਨਾਂ ਨੇ ਆਪਣੇ ਪੁੱਤਰ ਤੱਕ ਵਾਰ ਦਿੱਤੇ, ਉਸ ਪੁੱਤਰਾਂ ਦੇ ਦਾਨੀ ਦੀ ਕੌਮ, ਉਹ ਹਮੇਸ਼ਾ ਜੋ ਸ਼ਹੀਦਾਂ ਦਾ ਮਹਾਨ ਫਲਸਫਾ ਉਸ ਰਸਤੇ ਦੇ ਉੱਤੇ ਤੁਰਦੀ ਰਹੇਗੀ। ਔਰ ਨਾਲ ਦੀ ਨਾਲ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਕਰਦੇ ਹਾਂ ਕਿ ਗੁਰੂ ਗਰੀਬ ਨਿਵਾਜ ਕਿਰਪਾ ਕਰਨ, ਸਾਨੂੰ ਉਹਨਾਂ ਮਹਾਨ ਸ਼ਹੀਦਾਂ ਦੇ ਜੋ ਪਦ ਚਿੰਨ੍ਹਾਂ ਦੇ ਉੱਤੇ ਚੱਲਣ ਦੀ ਹਿੰਮਤ ਬਖਸ਼ਿਸ਼ ਕਰਨ। ਔਰ ਭਾਈ ਹਰਦੀਪ ਸਿੰਘ ਜੋ ਅਧੂਰੇ ਕਾਰਜ ਛੱਡ ਗਏ ਨੇ, ਉਹ ਅਧੂਰੇ ਕਾਰਜ ਪੂਰੇ ਕਰਨ ਦੇ ਵਾਸਤੇ ਆਪਣੀ ਜ਼ਿੰਦਗੀ ਦਾ ਅਸੀਂ ਆਖਰੀ ਤੋਹਫਾ ਬਹਾ ਦੇਣਗੇ। ਬੋਲ